ਅੱਜ ਦਾ ਜਿਹੜਾ ਵਲੋਗ ਹੈ ਵੀਰੇ ਇਹ ਹੋਣ ਵਾਲਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ। ਇਸ ਵਲੋਗ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਤੁਹਾਨੂੰ ਵੀ 50 HP 'ਚ ਜਿੰਨੇ ਵੀ ਟਰੈਕਟਰ ਆਉਂਦੇ ਆ, ਚਾਹੇ ਉਹ ਜੋਨਡੀਅਰ ਦਾ 5210 ਹੋਵੇ, ਸਵਰਾਜ ਦਾ 855 ਹੋਵੇ, ਫਾਰਮ ਟਰੈਕ ਦਾ 60 ਹੋਵੇ, ਜਾਂ ਨਿਊ ਹੋਲੈਂਡ ਦਾ 3630 ਹੋਵੇ, ਤਾਂ ਇਹਨਾਂ ਦਾ ਡਿਟੇਲ ਕੰਪੈਰੀਜ਼ਨ ਕਰਾਂਗੇ ਆਪਾਂ। ਇੰਜਨ ਸਪੈਸੀਫਿਕੇਸ਼ਨ, ਲਿਫਟ ਕਪੈਸਿਟੀ ਅਤੇ ਸਾਰੀਆਂ ਚੀਜ਼ਾਂ ਬਾਰੇ, ਅਤੇ ਲਾਸਟ 'ਚ ਦੱਸਾਂਗੇ ਤੁਹਾਨੂੰ ਵੀ ਕਿਹੜਾ ਟਰੈਕਟਰ ਤੁਹਾਡੇ ਵਾਸਤੇ ਬੈਸਟ ਰਹਿਣ ਵਾਲਾ। ਤਾਂ ਜੋਨਡੀਅਰ 5210 ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਇਹਦੇ ਵਿੱਚ ਜਿਹੜਾ ਇੰਟਰਸਟਿੰਗ ਫੈਕਟ ਆਪਾਂ ਨੂੰ ਪਤਾ ਲੱਗਿਆ ਉਹ ਇਹ ਹੈ ਵੀ ਇਹ ਟਰੈਕਟਰ ਤੁਹਾਨੂੰ 38% ਦਾ ਬੈਕਅਪ ਟੋਰਕ ਪ੍ਰੋਵਾਈਡ ਕਰਾ ਦਿੰਦਾ। ਬੈਕਅਪ ਟੋਰਕ ਕੀ ਹੈ ਇਹ ਵੀ ਸਮਝ ਲੈਂਦੇ ਆਪਾਂ, ਮਤਲਬ ਜਦੋਂ ਟਰੈਕਟਰ ਕਿਸੇ ਖੱਡੇ 'ਚ ਹੈ ਜਾਂ ਕਿਤੇ ਟਰਾਲੀ 'ਚ ਹੈ, ਬਹੁਤ ਜ਼ੋਰ ਲਾ ਰਿਹਾ ਆਪਦਾ, ਤਾਂ ਉਹ ਉਸ ਟਾਈਮ 'ਤੇ ਬੰਦ ਹੁੰਦਾ ਹੁੰਦਾ ਜਿਹੜਾ ਜ਼ੋਰ ਲਾਉਂਦਾ ਉਹਨੂੰ ਬੈਕਅਪ ਟੋਰਕ ਕਹਿੰਦੇ ਆਪਾਂ। 38% ਦਾ ਬੈਕਅਪ ਟੋਰਕ ਇਹ ਤੁਹਾਨੂੰ ਪ੍ਰੋਵਾਈਡ ਕਰਾ ਦਿੰਦਾ, ਕਾਫੀ ਅੱਛਾ ਬੈਕਅਪ ਟੋਰਕ ਹੈ ਆਪਦੀ ਸੈਗਮੈਂਟ ਦੇ ਹਿਸਾਬ ਨਾਲ, ਇੰਨਾ ਬੈਕਅਪ ਟੋਰਕ ਹੋਰ ਕਿਸੇ ਟਰੈਕਟਰ 'ਚ ਤੁਹਾਨੂੰ ਨਹੀਂ ਮਿਲਦਾ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਇਹਦੇ ਇੰਜਨ ਸਪੈਸੀਫਿਕੇਸ਼ਨ ਬਾਰੇ। ਵੈਸੇ ਮੈਂ ਕਾਫੀ ਸਾਰੇ ਵਲੋਗਾਂ ਦੇ ਵਿੱਚ ਇੰਜਨ ਸਪੈਸੀਫਿਕੇਸ਼ਨ ਕਵਰ ਕੀਤੀ ਹੋਈ ਹੈ, ਪਰ ਫਿਰ ਵੀ ਇਹ ਡਿਟੇਲ ਕੰਪੈਰੀਜ਼ਨ ਹੈ ਤਾਂ ਇੰਜਨ ਸਪੈਸੀਫਿਕੇਸ਼ਨ ਤੁਹਾਨੂੰ ਦੱਸਣਾ ਬਣਦਾ। 2180 RPM ਇੰਜਨ ਆਉਂਦਾ ਜੋਨਡੀਅਰ ਦਾ, ਹੁਣ ਪਹਿਲਾਂ ਆਉਂਦਾ ਸੀ 2480 RPM। ਉਹ ਜਿਵੇਂ ਆਪਣੇ ਲੋਅ ਰੇਟਿਡ ਇੰਪਲੀਮੈਂਟ ਹੈ, ਜਿਵੇਂ ਜਿਹੜੇ ਵੀ ਇੰਪਲੀਮੈਂਟ ਆਪਾਂ ਚਲਾਉਣੇ ਆ, ਜਿਵੇਂ ਤੂੜੀ ਵਾਲੀ ਮਸ਼ੀਨ ਹੋ ਗਈ ਜਾਂ ਕੋਈ ਵੀ ਇੰਪਲੀਮੈਂਟ ਆ, ਉਹ ਲੋਅ ਰੇਟਿਡ ਇੰਪਲੀਮੈਂਟ ਹੈ, ਤਾਂ ਉਹਨਾਂ ਦਾ ਤਾਲਮੇਲ ਬਿਠਾਉਣ ਵਾਸਤੇ ਕੰਪਨੀ ਨੇ 2400 ਤੋਂ 2180 RPM ਇੰਜਨ ਰੇਟਿਡ RPM ਕਰਤਾ ਇਹਦਾ। ਮਤਲਬ ਕਾਫੀ ਅੱਛੀ ਐਵਰੇਜ ਫਿਊਲ ਕੰਜਪਸ਼ਨ ਕਾਫੀ ਅੱਛੀ ਦੇ ਦਿੰਦਾ ਤੁਹਾਨੂੰ, ਮਤਲਬ ਬਹੁਤ ਘੱਟ ਤੇਲ ਪੀਣ ਲੱਗ ਗਿਆ। ਜੋਨਡੀਅਰ ਦਾ ਵਿਕਣ ਦਾ ਵੀ ਇਹੀ ਕਾਰਨ ਹੈ ਵੀ ਪਹਿਲਾਂ ਸੇਲ ਘੱਟ ਹੁੰਦੀ ਸੀ, ਉਹ 2480 RPM ਟਰੈਕਟਰ ਸੀਗੇ, ਹੁਣ ਜਿਹੜੇ ਟਰੈਕਟਰ ਆਉਂਦੇ ਆ ਉਹ 2180 RPM ਹੈ। ਤਾਂ ਅਗਰ ਆਪਾਂ ਇਹਦੇ ਇੰਜਨ ਦੇ ਟੋਰਕ ਦੀ ਗੱਲ ਕਰ ਲਈਏ ਤਾਂ 229 Nm ਟੋਰਕ ਇਹ ਪ੍ਰੋਵਾਈਡ ਕਰਾ ਕੇ ਦਿੰਦਾ ਆਪਾਂ ਨੂੰ, ਜੋ ਸੈਗਮੈਂਟ 'ਚ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਟਰੈਕਟਰ ਤੁਹਾਨੂੰ ਪ੍ਰੋਵਾਈਡ ਕਰਾ ਦੂਗਾ। ਮਤਲਬ 2900 CC ਇੰਜਨ ਹੈ ਇਹਦਾ, 3 ਸਿਲੰਡਰ ਬੋਸ ਦੇ ਇਨਲਾਈਨ ਪੰਪ ਦੇ ਨਾਲ ਇਹ ਟਰੈਕਟਰ ਆਉਂਦਾ ਗਾ, ਔਰ ਕਾਫੀ ਸਾਰੀਆਂ ਸਪੈਸ਼ਲਟੀਆਂ ਨੇ ਇਹਦੇ ਵਿੱਚ, ਜਿਵੇਂ ਕਿ ਡਰਾਈ ਟਾਈਪ ਦਾ, ਡੂਅਲ ਟਾਈਪ ਦਾ, ਇਹਦੇ ਵਿੱਚ ਤੁਹਾਨੂੰ ਏਅਰ ਫਿਲਟਰ ਮਿਲ ਜਾਂਦਾ, ਇੱਕ ਸਾਈਡ ਦੀ ਬੈਟਰੀ ਮਿਲ ਜਾਂਦੀ ਹੈ 88 ampere ਦੀ, ਠੀਕ ਹੈ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਜਿਹੜੀ ਤੁਹਾਨੂੰ ਜੈੱਟ ਸਪਰੇਅ ਮਿਲ ਜਾਂਦੀ ਹੈ ਜੋ ਕਿ ਤੁਹਾਡੇ ਇੰਜਨ ਨੂੰ ਘੱਟ ਤੇਲ ਹੋਣ ਨਾਲ ਵੀ ਸੀਜ਼ ਨਹੀਂ ਹੋਣ ਦਿੰਦੀ, ਠੀਕ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਇਸ ਟਰੈਕਟਰ ਦੀ ਤਾਂ ਜਿੰਨੇ ਵੀ ਟਰੈਕਟਰ ਹੈ, ਮਤਲਬ ਕਿ ਜੋਨਡੀਅਰ ਦਾ ਇੱਧਰ ਤੁਸੀਂ 50-50 DV ਵੀ ਦੇਖ ਸਕਦੇ ਹੋ, ਨਾਲ ਹੀ ਖੜ੍ਹਾ ਤਾਂ ਇਹਦਾ ਵੀ ਕੰਪੈਰੀਜ਼ਨ ਨਾਲ ਹੀ ਹੋ ਜੂਗਾ। ਇਹ ਜਿਹੜੀ ਸੀਰੀਜ਼ ਹੈ ਇਹ ਡੀ ਸੀਰੀਜ਼ ਹੈ ਬਾਈ, ਠੀਕ ਹੈ। ਔਰ ਇਹ ਜਿਹੜੀ ਸੀਰੀਜ਼ ਹੈ ਇਹ ਈ ਸੀਰੀਜ਼ ਹੈ, ਮਤਲਬ ਕਿ ਇਹਦੇ ਪਾਏਦਾਨ ਦੇਖ ਸਕਦੇ ਹੋ ਤੁਸੀਂ, ਜਿਵੇਂ 5405 ਦੇ ਆਉਂਦੇ ਆ, 50-75 ਦੇ ਆਉਂਦੇ ਆ, ਉਵੇਂ ਦੇ ਪਾਏਦਾਨ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਔਰ ਕਾਫੀ ਸਾਰੇ ਵਲੋਗ ਦੇ ਵਿੱਚ ਮੈਂ ਕਲੀਅਰ ਕਰਿਆ ਵੀ ਤੁਹਾਨੂੰ ਗੇਅਰ ਬੋਕਸ ਹੈ ਜਿਹੜਾ ਉਹ ਵੀ ਵੱਡੇ ਟਰੈਕਟਰ ਵਾਲਾ ਹੀ ਮਿਲ ਜਾਂਦਾ, ਇਹਦੇ ਵਿੱਚ 68 ਲੀਟਰ ਦਾ ਜਿਹੜਾ ਹੈਗਾ ਤੁਹਾਨੂੰ ਫਿਊਲ ਟੈਂਕ ਮਿਲ ਜਾਂਦਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਟਾਇਰ ਸਾਈਜ਼ ਦੀ, ਤਾਂ 6-50-20 ਦੇ ਫਰੰਟ ਟਾਇਰ 4x2 'ਚ ਔਰ 16x28 ਦਾ ਪਿਛਲਾ ਟਾਇਰ ਮਿਲ ਜੂਗਾ ਤੁਹਾਨੂੰ, ਔਰ ਜਿਹੜਾ 4x4 ਹੈ ਉਹਦੇ ਵਿੱਚ ਤੁਹਾਨੂੰ 9x24 ਅਤੇ 16x28 ਦੇ ਤੁਹਾਨੂੰ ਪਿਛਲੇ ਟਾਇਰ ਮਿਲ ਜਾਣਗੇ।
ਹੁਣ ਆਪਾਂ ਆ ਜਾਂਦੇ ਇਹਦੇ ਬੈਕ ਸਾਈ ਬੈਕ ਪ੍ਰੋਫਾਈਲ 'ਤੇ, ਉਹਦੀ ਗੱਲ ਕਰ ਲੈਂਦੇ ਆਪਾਂ। ਤਾਂ ਦੇਖ ਸਕਦੇ ਹੋ ਤੁਸੀਂ ਇੱਥੇ ਤੁਹਾਨੂੰ ਜਿਹੜੇ ਲੀਵਰ ਹੈ ਬ੍ਰੇਕਾਂ ਦੇ, ਅਤੇ ਦੂਜੇ ਮਤਲਬ ਕਿ ਡੀ ਸੀਰੀਜ਼ ਤੁਹਾਨੂੰ ਜਿਹੜੇ ਹੈਗੇ ਹੈ, ਇਹ ਇੱਧਰ ਦੇਖੋ, ਇਹ ਤੁਹਾਨੂੰ ਪੁਸ਼ ਟਾਈਪ ਪੈਡਲ ਮਿਲ ਜਾਂਦੇ ਆ, ਠੀਕ ਹੈ। ਅਤੇ ਉਹ ਜਿਹੜੇ ਹੈਗੇ ਆ ਉਹ ਸਸਪੈਂਡਡ ਟਾਈਪ ਪੈਡਲ ਆ, ਉਹਨਾਂ ਨੂੰ ਸਸਪੈਂਡਡ ਟਾਈਪ ਪੈਡਲ ਕਹਿੰਦੇ ਆ, ਇਹਨਾਂ ਨੂੰ ਪੁਸ਼ ਟਾਈਪ ਪੈਡਲ ਕਹਿੰਦੇ ਆ, ਉਹਨਾਂ ਨੂੰ ਸਸਪੈਂਡਡ ਟਾਈਪ ਪੈਡਲ ਕਹਿੰਦੇ ਆ। ਔਰ ਇੱਕ ਹੋਰ ਇਹਦੇ ਵਿੱਚ ਸਪੈਸ਼ਲਿਟੀ ਹੈ 5210 ਦੇ ਵਿੱਚ, ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਰੋਡ ਨਹੀਂ ਮਿਲਦੀ ਇਹਦੇ ਉੱਤੇ। ਇੱਥੇ ਹੁਣ ਵੀਡੀਓ ਦੇ ਵਿੱਚ ਤਾਂ ਕਵਰ ਨਹੀਂ ਹੋਊਗਾ ਉਹ, ਇੱਥੇ ਜੇ ਤੁਸੀਂ ਉੱਤੇ ਛਾਤੀ ਮਾਰੋਗੇ ਕਦੇ ਧਿਆਨ ਨਾਲ, ਇੱਥੇ ਇੱਕ ਲੀਵਰ ਲੱਗਿਆ ਹੁੰਦਾ ਜਿਹਦੇ 'ਚ ਕਿ ਬ੍ਰੇਕ ਓਇਲ ਹੈ ਜਿਹੜਾ ਉਹ ਮਤਲਬ ਕਿ ਪੂਰਾ ਉਹਨੂੰ ਐਡਜਸਟ ਕਰਦਾ, ਮਤਲਬ ਇਹਦੇ 'ਚ ਰੋਡ ਸਿਸਟਮ ਕੰਮ ਨਹੀਂ ਕਰਦਾ। ਕਾਫੀ ਸਾਰੇ 50 HP ਦੇ ਸੈਗਮੈਂਟ ਦੇ ਜਿਹੜੇ ਟਰੈਕਟਰ ਹੈ ਉਹਦੇ ਵਿੱਚ ਜਿਹੜਾ ਹੈਗਾ ਤੁਹਾਡੀ ਰੋਡ ਕੰਮ ਕਰਦੀ ਹੈ, ਇਹਦੇ ਵਿੱਚ ਤੁਹਾਡਾ ਤੇਲ ਕੰਮ ਕਰਦਾ। ਇਹ ਮੈਂ ਦੱਸਣੀ ਤਾਂ ਜ਼ਰੂਰੀ ਸਮਝੀ ਕਿਉਂਕਿ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ 50 HP ਦਾ। ਦੇਖ ਸਕਦੇ ਹੋ ਪਿਛਲਾ ਹਿੱਸਾ ਤੁਹਾਨੂੰ ਪਲੈਨੇਟਰੀ ਵਾਲਾ ਮਿਲ ਜਾਂਦਾ, ਔਰ 2000 ਕਿਲੋ ਦੀ ਲਿਫਟ ਕਪੈਸਿਟੀ ਮਿਲ ਜੂਗੀ ਤੁਹਾਨੂੰ। ਔਰ ਇਹਦੇ ਵਿੱਚ ਦੱਸਣ ਵਾਲੀ ਗੱਲ ਇਹ ਹੈ, ਇਹਦੇ ਵਿੱਚ ਇੱਕ ਮਾਡਲ ਹੋਰ ਲਾਂਚ ਕੀਤਾ ਕੰਪਨੀ ਨੇ ਜਿਹਦੇ ਵਿੱਚ ਕਿ ਤੁਹਾਨੂੰ ਲਿਫਟ ਪ੍ਰੋ ਦੇ ਨਾਮ ਤੋਂ ਮਾਡਲ ਆਉਂਦਾ, ਔਰ ਉਹਦੀ ਲਿਫਟ ਕਪੈਸਿਟੀ ਹੈ ਜਿਹੜੀ ਉਹ 2500 ਕਿਲੋ ਦੀ ਹੈ, ਇਹਦੀ 2000 ਕਿਲੋ ਦੀ ਹੈ, ਉਹਦੀ 2500 ਕਿਲੋ ਦੀ ਹੈ। ਤਾਂ ਇਹ ਕੁਛ ਸੀਗਾ ਜਿਹੜਾ ਤੁਹਾਨੂੰ ਇਹਦੀਆਂ ਇੰਜਨ ਸਪੈਸੀਫਿਕੇਸ਼ਨਾਂ ਦੱਸਣੀਆਂ ਸੀ, ਅਤੇ ਬਾਕੀ ਟਰੈਕਟਰਾਂ ਦੀ ਮੈਂ ਹੋਰ ਜਾ ਕੇ ਕਵਰ ਕਰਦਾ। ਇੱਕ ਵਾਰੀ PTO ਪਾਵਰ ਹੋਰ ਦੇਖ ਲਓ, 42.8 ਦੀ PTO ਪਾਵਰ ਹੈ, SFC ਹੈ ਇਹਦੀ 270/198, ਠੀਕ ਹੈ। ਅਤੇ ਹੁਣ ਤੁਹਾਨੂੰ ਦਿਖਾਉਣੇ ਆ ਸਵਰਾਜ 855। ਹਾਂਜੀ, ਉਸ ਤੋਂ ਬਾਅਦ ਆ ਜਾਂਦੇ ਹਾਂ ਵਾ ਸਵਰਾਜ 855 FE, ਜਿਹੜਾ ਕਿ ਮੰਨਿਆ ਹੋਇਆ ਟਰੈਕਟਰ ਆਪਦੀ ਸੈਗਮੈਂਟ ਦਾ। ਇਹਦੇ ਵਿੱਚ ਜਿਹੜੀ ਸਪੈਸ਼ਲ ਗੱਲ ਆ ਉਹ ਇਹ ਹੈ ਵੀ ਟੋਰਕ ਤੁਹਾਨੂੰ 213 Nm ਦਾ ਟੋਰਕ ਮਿਲ ਜਾਂਦਾ, ਔਰ ਜਿਹੜਾ ਇਹਦੇ ਵਿੱਚ ਇੰਜਨ ਮਿਲ ਜਾਂਦਾ ਉਹਦੇ ਵਿੱਚ ਕੰਪਨੀ ਨੇ ਵੱਡਾ ਚੇਂਜ ਕੀਤਾ। ਇਹਦੇ ਵਿੱਚ ਇੰਜਨ ਪਹਿਲਾਂ 3307 CC ਦਾ ਆਉਂਦਾ ਸੀ, ਹੁਣ ਇਹਦੇ ਵਿੱਚ 3478 CC ਦਾ ਇੰਜਨ ਆਉਂਦਾ, ਜੋ ਕਿ 3 ਸਿਲੰਡਰਾਂ ਦੇ ਨਾਲ ਇੰਜਨ ਮਿਲੂਗਾ ਤੁਹਾਨੂੰ, ਔਰ ਕਾਫੀ ਦਮਦਾਰ ਇੰਜਨ ਹੈ। ਮਤਲਬ ਕਿ ਇਹ ਵੀ ਇੱਕ ਮੰਨਿਆ ਹੋਇਆ ਟਰੈਕਟਰ ਹੈ। ਅਗਰ ਆਪਾਂ ਇਹਦੇ ਟਾਇਰ ਸਾਈਜ਼ ਦੀ ਗੱਲ ਕਰ ਲੈਂਦੇ ਹਾਂ, ਤਾਂ ਇਹਦਾ ਜਿਹੜਾ ਫਰੰਟ ਟਾਇਰ ਹੈ ਉਹ ਦੇਖ ਸਕਦੇ ਹੋ ਤੁਸੀਂ 7/50/16 ਦਾ, 4x2 ਦਾ, 7/50/16 ਦਾ, ਔਰ ਬੈਕ ਟਾਇਰ ਤੁਹਾਨੂੰ ਮਿਲ ਜੂਗਾ 16x28 ਦਾ। ਇਹ ਟਰੈਕਟਰ ਤੁਹਾਨੂੰ ਦੋਨੇ ਵੇਰੀਐਂਟਾਂ 'ਚ ਮਿਲ ਜਾਂਦਾ, ਸੈਂਟਰ ਗੇਅਰ 'ਚ ਵੀ ਮਿਲ ਜੂਗਾ, ਸਾਈਡ ਗੇਅਰ 'ਚ ਵੀ ਮਿਲ ਜੂਗਾ, ਠੀਕ ਹੈ। ਔਰ ਇੱਥੇ ਤੁਹਾਨੂੰ PTO ਪਾਵਰ ਵੀ ਚੈੱਕ ਕਰਾ ਦਿੰਦੇ ਹਾਂ, ਇਹਦੀ ਤੁਹਾਨੂੰ 33.8 ਦੀ PTO ਪਾਵਰ ਮਿਲ ਜੂਗੀ, ਔਰ ਜਿਹੜੀ SFC ਹੈ ਉਹ ਹੈ 257, ਠੀਕ ਹੈ। ਇਹਦੇ ਵਿੱਚ ਜਿਹੜਾ ਏਅਰ ਫਿਲਟਰ ਹੈ ਇਹ ਤੁਹਾਨੂੰ ਡਰਾਈ ਨਹੀਂ ਮਿਲੂਗਾ, ਇਹ ਤੁਹਾਨੂੰ 3-stage ਓਇਲ ਬਾਥ ਮਿਲੂਗਾ, 3-stage ਓਇਲ ਬਾਥ ਕਹਿ ਦਿੰਦੇ ਇਹਨੂੰ। ਇਹਦੀ ਲਿਫਟ ਕਪੈਸਿਟੀ ਹੈ ਜਿਹੜੀ ਉਹ 2000 ਕਿਲੋ ਦੀ ਲਿਫਟ ਕਪੈਸਿਟੀ ਮਿਲ ਜੂਗੀ। ਇੰਜਨ ਰੇਟਿਡ RPM ਹੈ ਜਿਹੜੇ ਉਹ ਇਹਦੇ ਮਿਲ ਜਾਣਗੇ ਤੁਹਾਨੂੰ 2000। ਮਤਲਬ ਸਵਰਾਜ ਦਾ ਸਭ ਤੋਂ ਜ਼ਿਆਦਾ ਵਿਕਣ ਦਾ ਕਾਰਨ ਕੀ ਹੈ 50 HP ਦੇ ਵਿੱਚ, ਵੀ ਸਵਰਾਜ ਦੇ ਵਿੱਚ ਜ
ਜਿਹੜਾ ਇੰਜਨ ਰੇਟਿਡ ਆਰ ਪੀ ਐੱਮ ਹੈ ਇਹ 2000 ਮਤਲਬ ਕਿ 2000 ਇੰਜਨ ਰੇਟਿਡ ਆਰ ਪੀ ਐੱਮ ਰੱਖਿਆ ਕੰਪਨੀ ਵੱਲੋਂ ਸ਼ੁਰੂ ਤੋਂ ਹੀ ਇਹਦਾ 2000 ਇੰਜਨ ਰੇਟਿਡ ਆਰ ਪੀ ਐੱਮ ਰੱਖਿਆ। ਜਿਵੇਂ ਕਿ ਜੌਨ ਡੀਅਰ ਹੈ, ਜੌਨ ਡੀਅਰ ਦਾ 2400 ਹੈ, ਪਹਿਲਾਂ 2400 ਹੁੰਦਾ ਸੀ ਹੁਣ 2100 ਕਰਤਾ, ਤਾਂ ਉਹਦੀ ਜਿਹੜੀ ਫਿਊਲ ਕੰਜਪਸ਼ਨ ਸੀ, ਜਿਹੜੀ ਤੇਲ ਖਾਣ ਦੀ ਸ਼ਮਤਾ ਸੀ ਉਹ ਪਹਿਲਾਂ ਜ਼ਿਆਦਾ ਹੁੰਦੀ ਸੀ, ਹੁਣ ਕੰਪਨੀ ਨੇ ਉਹਨੂੰ ਲੈਵਲ 'ਚ ਕੀਤਾ। ਮਤਲਬ ਸਵਰਾਜ ਸ਼ੁਰੂ ਤੋਂ ਇਹਨਾਂ ਗੱਲਾਂ 'ਤੇ ਧਿਆਨ ਦਿੰਦੀ ਹੈ ਵੀ ਆਪਣੇ ਇੱਥੇ ਜਿਹੜੇ ਇੰਪਲੀਮੈਂਟ ਚੱਲਦੇ ਆ ਉਹ ਲੋਅ ਰੇਟਿਡ ਇੰਪਲੀਮੈਂਟ ਹੈ, ਠੀਕ ਹੈ। ਟਾਇਰ ਸਾਈਜ਼ ਹੋ ਗਿਆ, ਇੰਜਨ ਦੀ ਸੀਸੀ ਦੱਸਤੀ, ਟੋਰਕ ਦੱਸਤਾ ਤੁਹਾਨੂੰ, 3 ਸਿਲੰਡਰ ਇੰਜਨ ਆਉਂਦਾ, ਔਰ ਜਿਹੜੀ ਪੀ ਟੀ ਓ ਪਾਵਰ ਹੈ, ਪੀ ਟੀ ਓ ਪਾਵਰ ਵੀ ਤੁਹਾਨੂੰ ਮੈਂ ਦੱਸਤੀ ਹੈ ਕਿਲੋ ਵਾਟ ਦੇ ਵਿੱਚ 33.8 ਦੀ, ਠੀਕ ਹੈ। ਇਹਦੇ ਵਿੱਚ 6 ਈਅਰ ਵਾਰੰਟੀ ਮਿਲ ਜੂਗੀ ਤੁਹਾਨੂੰ, ਇੱਧਰ ਚੈੱਕ ਕਰ ਸਕਦੇ ਹੋ ਤੁਸੀਂ, 6 ਈਅਰ ਵਾਰੰਟੀ ਮਿਲ ਜਾਂਦੀ ਹੈ ਤੁਹਾਨੂੰ, ਜੋ ਕਿ ਕਾਫੀ ਅੱਛੀ ਗੱਲ ਹੈ। ਔਰ ਜੌਨ ਡੀਅਰ 'ਤੇ ਤੁਹਾਨੂੰ ਸ਼ਾਇਦ 5 ਸਾਲਾਂ ਦੀ ਵਾਰੰਟੀ ਮਿਲਦੀ ਹੈ। ਤਾਂ ਇੱਧਰ ਦੇਖੋ ਆਹ ਖੜਾ ਹੈਗਾ ਇਹਦਾ, ਔਰ ਮਤਲਬ ਉਹ ਸੈਂਟਰ ਗੇਅਰ ਵਾਲਾ ਸੀ, ਇਹ ਸਾਈਡ ਗੇਅਰ ਵਾਲਾ, ਠੀਕ ਹੈ। ਪ੍ਰਾਈਜ਼ ਦਾ ਥੋੜ੍ਹਾ ਜਿਹਾ ਫਰਕ ਹੈ ਇਹਦੇ ਵਿੱਚ, ਅਗਰ ਇਹ ਮੰਨ ਕੇ ਚੱਲੋ ਵੀ ਆਹ ਟਰੈਕਟਰ ਸੈਂਟਰ ਗੇਅਰ ਵਾਲਾ ਤੁਹਾਨੂੰ 8.25 ਲੱਖ ਦਾ ਪੈ ਜਾਂਦਾ, ਅਤੇ ਉੱਧਰ ਹੀ ਜਿਹੜਾ ਦੂਜਾ ਟਰੈਕਟਰ ਹੈ ਇਹ ਤੁਹਾਨੂੰ 30-40 ਹਜ਼ਾਰ ਰੁਪਇਆ ਮਹਿੰਗਾ ਪੈ ਜਾਂਦਾ। ਬਸ ਇੰਨਾ ਕੁ ਫਰਕ ਹੈ ਪ੍ਰਾਈਜ਼ ਦਾ ਇਹਦੇ ਵਿੱਚ। ਤਾਂ ਇੰਜਨ 3478 ਸੀਸੀ, 3 ਸਿਲੰਡਰ ਬੋਸ ਦੇ ਇਨਲਾਈਨ ਪੰਪ ਦੇ ਨਾਲ। ਇਹਦੀ ਜਿਹੜੀ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਇਹਦੇ ਵਿੱਚ ਜਿਹੜੀ ਗੈਲਰੀ ਆਉਂਦੀ ਆ ਉਹ ਡਬਲ ਕਰਤੀ ਹੈ ਪਾਣੀ ਵਾਲੀ, ਜਿਹਦੇ ਨਾਲ ਕੀ ਇਹ ਟਰੈਕਟਰ ਲੰਬੇ ਸਮੇਂ ਤੱਕ ਕੰਮ ਕਰ ਸਕਦਾ। ਔਰ ਇਹਦੇ ਵਿੱਚ ਨੈਨੋ ਕੋਟਿੰਗ ਪਿਸਟਨ ਦਿੱਤੇ ਆ, ਪਹਿਲਾਂ ਇਹਦੇ ਵਿੱਚ ਸਿੰਪਲ ਪਿਸਟਨ ਆਉਂਦੇ ਸੀ, ਹੁਣ ਇਹਦੇ ਵਿੱਚ ਨੈਨੋ ਕੋਟਿੰਗ ਪਿਸਟਨ ਆਉਂਦੇ ਆ। ਹੁਣ ਚੱਲਦੇ ਹਾਂ ਆਪਾਂ ਫਾਰਮ ਟਰੱਕ 60 'ਤੇ। ਲਓ ਜੀ ਹੁਣ ਆ ਜਾਂਦੇ ਹਾਂ ਤੁਹਾਡੇ ਸਭ ਦੇ ਚਹੇਤੇ ਫਾਰਮ ਟਰੱਕ 60 'ਤੇ। ਤਾਂ ਫਾਰਮ ਟਰੱਕ 60 ਦੀ ਅਗਰ ਗੱਲ ਕਰੀਏ, 3514 ਸੀਸੀ ਇੰਜਨ ਮਿਲ ਜਾਂਦਾ ਆਪਾਂ ਨੂੰ 3 ਸਿਲੰਡਰਾਂ ਦੇ ਨਾਲ। ਅਗਰ ਇਹਦੇ ਟੋਰਕ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ 215 ਨਿਊਟਨ ਮੀਟਰ ਦਾ ਟੋਰਕ ਮਿਲੂਗਾ ਤੁਹਾਨੂੰ, 215 ਨਿਊਟਨ ਮੀਟਰ ਦਾ ਟੋਰਕ। ਸੈਗਮੈਂਟ ਦੇ ਹਿਸਾਬ ਨਾਲ ਕਾਫੀ ਅੱਛਾ ਟੋਰਕ ਪ੍ਰੋਵਾਈਡ ਕਰਾ ਦਿੰਦਾ ਹੈ। ਅਗਰ ਬੈਕਅਪ ਟੋਰਕ ਦੀ ਗੱਲ ਕਰੀਏ ਤਾਂ 15-20% ਬੈਕਅਪ ਟੋਰਕ ਮਿਲ ਜਾਂਦਾ ਤੁਹਾਨੂੰ। ਔਰ ਲਿਫਟਿੰਗ ਕਪੈਸਿਟੀ ਹੈ ਜਿਹੜੀ ਇਹਦੀ, ਲਿਫਟ ਦੀ ਕਪੈਸਿਟੀ ਉਹ ਪਹਿਲਾਂ ਤਾਂ ਹੁੰਦੀ ਸੀ ਬਾਈ ਇਹਦੀ 1800-1900 ਕਿਲੋ ਕੁਇੰਟਲ ਦੀ, 1800-1900 ਕੁਇੰਟਲ ਦੀ, ਅਤੇ ਜਿਹੜੀ ਹੁਣ ਹੈ ਉਹ ਕੰਪਨੀ ਵੱਲੋਂ ਕੰਪਨੀ ਵਾਲੇ ਬੰਦੇ ਕਹਿ ਰਹੇ ਆ ਵੀ 25 ਕੁਇੰਟਲ ਦੀ ਕਰਤੀ ਗਈ ਆ, 25 ਕੁਇੰਟਲ ਦੀ ਲਿਫਟ ਕਪੈਸਿਟੀ ਕਰਤੀ ਗਈ ਆ। ਹਰ ਇੱਕ ਟਰੈਕਟਰ ਦੀ ਆਪਣੀ ਆਪਦੀ ਫੈਨ ਫਲੋਇੰਗ ਹੈ, ਜਿਹਨੇ ਫਾਰਮ ਟਰੈਕ ਲੈਣਾ ਉਹ ਫਾਰਮ ਟਰੈਕ ਵੱਲ ਜਾਂਦਾ, ਜਿਹਨੇ ਜੌਨ ਡੀਅਰ ਲੈਣਾ ਉਹ ਜੌਨ ਡੀਅਰ ਵੱਲ ਜਾਂਦਾ, ਜਿਹਨੇ ਸੋਨਾਲੀਕਾ ਲੈਣਾ ਉਹ ਸੋਨਾਲੀਕਾ ਵੱਲ ਹੀ ਜਾਊਗਾ। ਤਾਂ ਅਗਰ ਸੀਸੀ ਦੀ ਗੱਲ ਕਰੀਏ ਤਾਂ 3514 ਸੀਸੀ ਬਹੁਤ ਵੱਡਾ ਇੰਜਨ ਹੋ ਜਾਂਦਾ, ਬੋਸ ਦੇ ਇਨਲਾਈਨ ਪੰਪ ਦੇ ਨਾਲ ਆ ਜਾਂਦਾ, 3 ਸਿਲੰਡਰਾਂ ਦੇ ਨਾਲ ਇਹ ਆਉਂਦਾ। ਔਰ ਪਲੇਟਫਾਰਮ ਚੈੱਕ ਕਰ ਸਕਦੇ ਹੋ ਤੁਸੀਂ, ਇਹੋ ਜਿਹਾ ਕੁਛ ਤੁਹਾਨੂੰ ਪਲੇਟਫਾਰਮ ਮਿਲੂਗਾ ਜਿਹਦੇ 'ਤੇ ਕਿ ਤੁਹਾਨੂੰ ਰਬੜ ਵਾਲੇ ਮੈਟ ਮਿਲਣਗੇ। ਔਰ ਅਗਰ ਗੇਅਰ ਸੈਟਅਪ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ 1, 2, 3, 4 ਅਤੇ ਰਿਵਰਸ, ਮਤਲਬ 5 ਸੈਟਅਪ ਦਾ, 5 ਗੇਅਰਾਂ ਦਾ ਸੈਟਅਪ ਤੁਹਾਨੂੰ ਇੱਧਰ ਮਿਲ ਜਾਂਦਾ। ਔਰ T20 ਦੇ ਨਾਲ ਇਹ ਆਉਂਦਾ, ਮਤਲਬ ਇੱਕ ਗੇਅਰ ਤੁਹਾਨੂੰ ਇੱਧਰ ਮਿਲ ਜਾਂਦਾ, ਮਤਲਬ ਹਾਈ ਲੋ ਕਹਿ ਸਕਦੇ ਹਾਂ ਇਹਨੂੰ, ਆ ਹਾਈ ਲੋ, ਅਤੇ ਇੱਕ ਗੇਅਰ ਅੱਧੇ ਤੋਂ ਅੱਧਾ ਗੇਅਰ ਤੁਹਾਨੂੰ ਇੱਧਰ ਮਿਲ ਜਾਂਦਾ, ਠੀਕ ਹੈ। ਦੋ ਗੇਅਰ ਮਿਲ ਜਾਂਦੇ ਆ, ਇੱਕ ਆਹ ਅਤੇ ਇੱਕ ਆਹ।
ਅੱਛਾ PTO ਦੀ ਗੱਲ ਕਰ ਲਈਏ, PTO ਦੇ ਹਰ ਇੱਕ ਟਰੈਕਟਰ 'ਚ ਤੁਹਾਨੂੰ ਇੰਡੀਪੈਂਡੈਂਟ ਕਲੱਚ ਮਿਲੂਗਾ, ਚਾਹੇ ਉਹ ਸਵਰਾਜ 855 ਹੋਵੇ, ਜੌਂਡੀਅਰ ਹੋਵੇ, ਫਾਰਮ ਟਰੈਕ ਹੋਵੇ, ਹਰ ਇੱਕ ਟਰੈਕਟਰ ਦੇ ਵਿੱਚ ਤੁਹਾਨੂੰ PTO ਦਾ ਇੰਡੀਪੈਂਡੈਂਟ ਕਲੱਚ ਮਿਲੂਗਾ ਔਰ ਐਡਜਸਟੇਬਲ ਤੁਹਾਨੂੰ ਅਗਲਾ ਹਿੱਸਾ ਮਿਲੂਗਾ, ਇਹਦਾ ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ, ਐਡਜਸਟੇਬਲ ਅਗਲਾ ਹਿੱਸਾ ਮਿਲੂਗਾ। ਇਹਦੀ ਅੱਛੀ ਗੱਲ ਇਹ ਹੈ ਫਾਰਮ ਟਰੈਕ ਦੀ ਵੀ ਇਹਦੇ ਵਿੱਚ ਬੰਪਰ ਤੁਹਾਨੂੰ ਲੱਗਿਆ ਹੋਇਆ ਮਿਲਦਾ। ਟੋਰਕ ਮੈਂ ਤੁਹਾਨੂੰ ਦੱਸਤਾ 215 Nm ਦਾ ਬੈਕਅਪ ਟੋਰਕ ਹੈ 15-20% ਦਾ। ਟਾਇਰ ਸਾਈਜ਼ ਤੁਹਾਨੂੰ ਦੱਸ ਦਿੰਦੇ ਹਾਂ, ਟਾਇਰ ਸਾਈਜ਼ ਹੈਗਾ 7/50-16 ਦਾ ਅਗਲਾ ਅਤੇ ਪਿਛਲਾ ਟਾਇਰ ਸਾਈਜ਼ ਹੈਗਾ 16/28 ਦਾ। ਔਰ ਇਹਦੀ ਅਗਰ ਰੇਟ ਦੀ ਗੱਲ ਕਰੀਏ ਤਾਂ ਹਰਿਆਣਾ ਸਟੇਟ ਦੇ ਵਿੱਚ ਇਹ ਟਰੈਕਟਰ ਤੁਹਾਨੂੰ 8.5 ਲੱਖ ਰੁਪਈਆਂ ਦਾ 16 ਦੇ ਟਾਇਰਾਂ 'ਚ ਮਿਲ ਜਾਂਦਾ, ਠੀਕ ਹੈ। ਤਾਂ ਜੌਂਡੀਅਰ 52-10 ਦਾ ਰੇਟ ਰਹਿ ਗਿਆ, ਜੌਂਡੀਅਰ 52-10 ਦਾ ਰੇਟ ਹੈਗਾ ਜਿਹੜਾ ਉਹ ਵੀ 8.5 ਲੱਖ ਰੁਪਈਏ ਹੀ ਤੁਹਾਨੂੰ ਪੈਂਦਾ, ਜਿਹੜਾ 4x2 ਵਾਲਾ ਮਾਡਲ ਤੁਹਾਨੂੰ ਮੈਂ ਸਟਾਰਟਿੰਗ 'ਚ ਦਿਖਾਇਆ ਸੀ। ਬਾਕੀ ਇਹ ਸਾਰੇ ਰੇਟ ਹੈ ਜਿਹੜੇ ਨੈਗੋਸ਼ੀਏਬਲ ਹੈ, ਇਹਦੇ 'ਚ ਉਹ ਤੁਹਾਡੀ ਆਪਦੀ ਕਪੈਸਿਟੀ ਹੈ ਵੀ ਤੁਸੀਂ ਕਿੰਨਾ ਘੱਟ ਕਰਾ ਸਕਦੇ ਹੋ, ਠੀਕ ਹੈ। 60 ਲੀਟਰ ਦਾ ਇਹਦੇ ਵਿੱਚ ਤੁਹਾਨੂੰ ਟੈਂਕ ਮਿਲ ਜੂਗਾ, ਠੀਕ ਹੈ। LED ਲਾਈਟਾਂ ਮਿਲ ਜਾਣਗੀਆਂ, 215 Nm ਦਾ ਟੋਰਕ, 15-20% ਦਾ ਬੈਕਅਪ ਟੋਰਕ। ਹੁਣ ਜਿਹੜਾ ਟਰੈਕਟਰ ਰਹਿ ਗਿਆ ਉਹ ਹੈਗਾ ਨਿਊ ਹੋਲੈਂਡ 3630, ਉਹਦੇ ਵੀ ਤੁਹਾਨੂੰ ਕਰਾ ਦਿੰਦੇ ਹਾਂ ਦਰਸ਼ਨ ਵੀ ਉਹਦੇ ਵਿੱਚ ਤੁਹਾਨੂੰ ਕੀ ਸਪੈਸ਼ਲ ਮਿਲ ਜਾਂਦਾ। ਹਾਂਜੀ, ਤਾਂ ਫਾਰਮ ਟਰੱਕ 60 ਦੇ ਇੰਜਨ ਰੇਟਿਡ RPM ਰਹਿ ਗਏ ਸੀ, ਇੰਜਨ ਰੇਟਿਡ RPM 2200 ਹੈ ਫਾਰਮ ਟਰੱਕ 60 ਦੇ। ਹੁਣ ਆ ਜਾਂਦੇ ਆਪਾਂ ਨਿਊ ਹੋਲੈਂਡ ਦੇ 3630 'ਤੇ, ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ। ਇਹ ਤੁਹਾਨੂੰ 2100 ਰੇਟਿਡ RPM ਟਰੈਕਟਰ ਮਿਲੂਗਾ, ਮਤਲਬ ਕਿ ਨਾ ਤਾਂ ਜ਼ਿਆਦਾ ਹਾਈ ਹੈ ਅਤੇ ਨਾ ਜ਼ਿਆਦਾ ਲੋਅ ਹੈ। ਜਿਵੇਂ 2100 ਰੇਟਿਡ RPM ਜੌਂਡੀਅਰ ਹੈ, ਉਵੇਂ ਹੀ 2100 ਰੇਟਿਡ RPM ਨਿਊ ਹੋਲੈਂਡ ਹੈ। ਇਹਦੇ 'ਚ ਰੂਟਰੀ ਪੰਪ ਦਾ ਸੈਟਅਪ ਮਿਲੂਗਾ, ਤੁਹਾਨੂੰ ਦੇਖ ਸਕਦੇ ਹੋ ਇੱਥੇ ਰੂਟਰੀ ਪੰਪ ਲੱਗਿਆ ਹੋਇਆ। ਇਹੀ ਖੂਬਸੂਰਤੀ ਹੈ ਇਸ ਟਰੈਕਟਰ ਦੀ, ਜਿਹੜਾ ਕਿ ਇਹਨੂੰ ਬਹੁਤ ਜ਼ਿਆਦਾ ਐਕਸਟਰਾ ਜਿਹੜਾ ਟੋਰਕ ਹੈ ਉਹ ਪ੍ਰੋਵਾਈਡ ਕਰਾਉਂਦੀ ਹੈ। ਬੈਕਅਪ ਟੋਰਕ ਇਸ ਟਰੈਕਟਰ ਦਾ ਵੀ ਬਹੁਤ ਜ਼ਿਆਦਾ ਅੱਛਾ। ਇਹਦੀ HP ਦੀ ਅਗਰ ਗੱਲ ਕਰ ਲਈਏ ਤਾਂ 49.5 HP 'ਚ ਇਹ ਟਰੈਕਟਰ ਆਉਂਦਾ ਹੈਗਾ ਔਰ ਇੰਜਨ ਦਾ ਜਿਹੜਾ ਮਾਡਲ ਨੰਬਰ ਹੈ, ਸੀਰੀਜ਼ ਹੈ ਜਿਹੜੀ, ਉਹ ਹੈਗੀ ਹੈ FPT 58000, FPT 58000, ਇਹ ਸੀਰੀਜ਼ ਨੰਬਰ ਹੈ ਇੰਜਨ ਦਾ। ਇਹਦੀ ਅਗਰ ਇੰਜਨ ਦੀ ਕਪੈਸਿਟੀ ਦੀ ਗੱਲ ਕਰ ਲਈ ਆਪਾਂ CC ਦੀ, ਉਹ ਹੈਗੀ ਆ 2931 CC। 3 ਸਿਲੰਡਰਾਂ ਦਾ ਸੈਟਅਪ ਆਉਂਦਾ ਇਹਦੇ ਵਿੱਚ। ਲਿਫਟਿੰਗ ਕਪੈਸਿਟੀ ਹੈ ਜਿਹੜੀ ਇਹਦੀ ਉਹ ਹੈਗੀ ਹੈ ਜੀ 2000 ਕਿਲੋ ਦੀ ਲਿਫਟਿੰਗ ਕਪੈਸਿਟੀ ਹੈ ਇਹਦੀ। ਔਰ ਇਹਦੇ ਵਿੱਚ ਅਗਰ ਚਾਹੋ ਤੁਸੀਂ ਤਾਂ ਆਹ ਐਕਸਟਰਾ ਸਿਲੰਡਰ ਤੁਹਾਨੂੰ ਮਿਲ ਜਾਂਦਾ, ਇਹ 500 ਕਿਲੋ ਦਾ ਐਕਸਟਰਾ ਸਿਲੰਡਰ ਤੁਹਾਨੂੰ ਮਿਲ ਜਾਂਦਾ। ਮਤਲਬ ਕਿੰਨੇ ਵੀ ਟਰੈਕਟਰ ਦੀ, ਮੰਨ ਲਓ ਅਗਰ 1700 ਕਿਲੋ ਦੀ ਲਿਫਟ ਕਪੈਸਿਟੀ ਹੈ ਤਾਂ ਇਹਦੀ 500 ਕਿਲੋ ਦੀ ਲਿਫਟ ਕਪੈਸਿਟੀ ਐਕਸਟਰਾ ਹੋ ਜਾਂਦੀ ਹੈ ਆਹ ਸਿਲੰਡਰ ਦੀ। ਰਿਡਕਸ਼ਨ 'ਚ ਇਹ ਮਾਡਲ ਆਉਂਦਾ ਦੇਖ ਸਕਦੇ ਹੋ, ਔਰ ਕਾਫੀ ਜ਼ਿਆਦਾ ਜਿਹੜੀ ਹੈਗੀ ਹੈ ਰਿਡਕਸ਼ਨ ਦੀ, ਉਹ ਇਹਦੇ ਵਿੱਚ ਰਿਡਕਸ਼ਨ ਦੀ ਆਵਾਜ਼ ਆਉਂਦੀ ਹੈਗੀ। ਤਾਂ ਕਾਫੀ ਸਾਰੇ ਵੀਰਾਂ ਦਾ ਇਹ ਮੈਨੂੰ ਕਮੈਂਟ ਵੀ ਆਉਂਦੇ ਅਤੇ ਫੋਨ ਵੀ ਆਏ ਸੀ। ਤਾਂ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਇਹਦੇ ਵਿੱਚ ਇੱਕ
ਛੋਟਾ ਜਿਹਾ ਵਾਲ ਲਵਾ ਸਕਦੇ ਹੋ ਇੱਥੇ, ਜਿਹਦੇ ਨਾਲ ਕਿ ਹਵਾ ਟਾਈਮ ਟੂ ਟਾਈਮ ਨਿਕਲਦੀ ਰਹਿੰਦੀ ਹੈ ਅਤੇ ਲੀਕੇਜ ਨਹੀਂ ਹੁੰਦੀ। ਇੱਥੇ ਇੱਕ ਵਾਲ ਲੱਗ ਜਾਂਦਾ ਰਿਡਕਸ਼ਨ ਤੋਂ ਬਚਣ ਦਾ, ਜਿਹੜਾ ਮੇਨ ਬਚ ਸਕਦੇ ਹੋ ਤੁਸੀਂ। ਔਰ ਅਗਰ ਗੱਲ ਕਰੀਏ ਡੂਅਲ ਆਗਜ਼ਰੀ ਵਾਲ ਮਿਲ ਜਾਂਦਾ ਇਹਦੇ 'ਚ, ਇਹ ਫਾਰਮ ਟਰੈਕ 60 'ਚ ਵੀ ਮਿਲਦਾ ਤੁਹਾਨੂੰ, ਇਹਦੇ 'ਚ ਵੀ ਮਿਲ ਜਾਂਦਾ, ਸਾਰੇ ਟਰੈਕਟਰਾਂ 'ਚ ਡੂਅਲ ਆਗਜ਼ਰੀ ਵਾਲ ਹੀ ਮਿਲ ਜਾਂਦਾ, ਮਤਲਬ ਡੂਅਲ ਡਿਸਟ੍ਰੀਬਿਊਟਰ ਮਿਲ ਜਾਂਦਾ ਤੁਹਾਨੂੰ। ਔਰ ਇਸ ਟਰੈਕਟਰ ਦੀ ਆਪਾਂ ਲਿਫਟ ਦੀ ਸੈਟਿੰਗ ਵੀ ਤੁਹਾਨੂੰ ਦੱਸੀ ਹੋਈ ਹੈ, ਜਾ ਕੇ ਚੈੱਕ ਕਰ ਲਿਓ ਵੀ ਇਹਦੀ ਲਿਫਟ ਕਿਵੇਂ ਸੈੱਟ ਕਰਦੇ ਹਾਂ ਆਪਾਂ। ਠੀਕ ਹੈ, ਹੁਣ ਆ ਜਾਂਦੇ ਆਪਾਂ ਇਹਦੇ ਲੁੱਕ ਦੇ ਉੱਤੇ, ਤਾਂ ਇਹੋ ਜਿਹਾ ਕੁਛ ਲੁੱਕ ਮਿਲਣ ਵਾਲਾ ਤੁਹਾਨੂੰ ਫਾਰਮ ਟਰੈਕ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ 3630 ਦਾ। ਤਾਂ ਇੰਜਨ ਮੈਂ ਤੁਹਾਨੂੰ ਇੱਕ ਵਾਰੀ ਖੋਲ੍ਹ ਕੇ ਵੀ ਦਿਖਾ ਦਿੰਦਾ ਇਹਦਾ, ਵੀ ਇੰਜਨ ਤੁਹਾਨੂੰ ਰੂਟਰੀ ਪੰਪ ਦੇ ਨਾਲ ਹੀ ਮਿਲਦਾ। ਦੇਖੋ ਬਈ ਰੂਟਰੀ ਪੰਪ ਅਤੇ ਟਰਬੋ, ਟਰਬੋ ਦਾ ਸੈਟਅਪ ਵੀ ਲੱਗਿਆ ਹੋਇਆ ਇਹਦੇ ਵਿੱਚ। ਇਹ ਇੱਧਰ ਦੇਖੋ, ਅਤੇ ਅਗਰ ਵੈਸੇ ਗੱਲ ਕਰੀਏ ਨਾ ਇਹਨਾਂ ਟਰੈਕਟਰਾਂ ਦੀ, ਤਾਂ ਇਹ ਸਾਰੇ ਟਰੈਕਟਰ 50 HP 'ਚ ਹੀ ਪਾਸ ਆਉਂਦੇ ਆ। ਅਗਰ ਮੈਂ ਵੈਸੇ ਗੱਲ ਕਰ ਲਾਂ ਉਵੇਂ ਕੰਪਨੀਆਂ ਤੋਂ ਹਟ ਕੇ, ਤਾਂ 52-10 ਹੈ ਜਿਹੜਾ ਉਹ 57, ਜਿਵੇਂ 53-10 ਹੁੰਦਾ ਸੀ 57 HP 'ਚ ਪਾਸ, ਮਤਲਬ 57 HP 'ਤੇ ਕੰਮ ਕਰਕੇ ਦਿੰਦਾ ਤੁਹਾਨੂੰ ਸਾਰੇ। ਸਵਰਾਜ 855 ਜਿਹੜਾ ਉਹ ਵੀ 55 HP 'ਤੇ ਕੰਮ ਕਰਕੇ ਦਿੰਦਾ ਤੁਹਾਨੂੰ ਸਾਰੇ। ਫਾਰਮ ਟਰੈਕ 60 ਹੈ ਜਿਹੜਾ ਉਹ ਵੀ ਮੰਨ ਕੇ ਚੱਲੋ 55-57 HP ਤੱਕ ਦੇ ਕੰਮ ਕਰਕੇ ਦਿੰਦਾ ਤੁਹਾਨੂੰ ਸਾਰੇ। ਠੀਕ ਹੈ, ਤਾਂ ਇਹੋ ਜਿਹੀ ਕੁਛ ਇਹਦੀ ਲੁੱਕ ਮਿਲਣ ਵਾਲੀ ਹੈ। ਔਰ ਅਗਰ ਮੈਂ ਪ੍ਰਾਈਜ਼ ਦੀ ਗੱਲ ਕਰਾਂ ਇਹਦੀ, ਤਾਂ ਦੱਸ ਦਿੰਦੇ ਹਾਂ ਤੁਹਾਨੂੰ, ਤਾਂ ਕੰਪਨੀ ਵਾਲਿਆਂ ਵੱਲੋਂ ਜਿਹੜਾ ਰੇਟ ਆ ਬਾਈ ਉਹ ਡਿਸਕਲੋਜ਼ ਨਹੀਂ ਕੀਤਾ ਗਿਆ। ਬਾਕੀ 52-10 ਦਾ ਦੱਸਤਾ ਤੁਹਾਨੂੰ, ਸਵਰਾਜ 855 ਦਾ ਦੱਸਤਾ ਤੁਹਾਨੂੰ, ਔਰ ਫਾਰਮ ਟਰੈਕ 60 ਦਾ ਦੱਸਤਾ ਤੁਹਾਨੂੰ। ਤਾਂ ਇਹਦਾ ਵੀ ਉਸੇ ਰੇਂਜ 'ਚ ਹੀ ਹੋਊਗਾ, 8.5-9 ਤੱਕ ਦੀ ਰੇਂਜ ਦਾ, ਇਦੂ ਜ਼ਿਆਦਾ ਨਹੀਂ ਹੁੰਦਾ ਕਿਸੇ ਵੀ ਟਰੈਕਟਰ ਦਾ ਇਹਨਾਂ ਦਾ 50 HP 'ਚ ਜਿਹੜੇ ਜਿਹੜੇ ਪਾਸ ਹੈ। ਅਗਰ ਮਾਰਕੀਟ 'ਚ ਟਿਕਣਾ, ਮਾਰਕੀਟ ਬਣਾਉਣੀ ਹੈ, ਮਾਰਕੀਟ 'ਚ ਮੁਕਾਬਲਾ ਕਰਨਾ, ਤਾਂ ਪ੍ਰਾਈਜ਼ ਵੀ ਆਪਾਂ ਨੂੰ ਉਹੀ ਦੇਣਾ ਪਊਗਾ ਜਿਹੜਾ ਮਾਰਕੀਟ ਦੇ ਵਿੱਚ ਹੋਰ ਟਰੈਕਟਰਾਂ ਦਾ ਪ੍ਰਾਈਜ਼ ਹੈ। ਅਗਰ ਇਹਦੇ ਟਾਇਰ ਸਾਈਜ਼ ਦੀ ਗੱਲ ਕਰ ਲੈਣਾ, 16-28 ਦੇ ਪਿਛਲੇ ਟਾਇਰ ਮਿਲ ਜਾਂਦੇ ਆ ਤੁਹਾਨੂੰ, ਔਰ 7-50-16 ਦੇ ਤੁਹਾਨੂੰ ਅਗਲੇ ਟਾਇਰ ਮਿਲ ਜਾਂਦੇ ਆ। ਔਰ ਰੂਟਰੀ ਪੰਪ ਦਾ ਸੈਟਅਪ ਜਿਵੇਂ 2931 CC ਮੈਂ ਤੁਹਾਨੂੰ ਦੱਸ ਚੁੱਕਿਆ, 3 ਸਿਲੰਡਰਾਂ ਦੇ ਨਾਲ ਇਹ ਆਉਂਦਾ। ਇਹੋ ਜਿਹਾ ਕੁਛ ਤੁਹਾਨੂੰ ਇਹਦਾ ਪਲੇਟਫਾਰਮ ਮਿਲੂਗਾ, ਪਾਰਕਿੰਗ ਬ੍ਰੇਕਾਂ, ਗੇਅਰ ਸੈਟਅਪ ਹੈ ਜਿਹੜਾ ਉਹ ਤੁਹਾਨੂੰ ਮਿਲ ਜੂਗਾ ਇਹਦਾ, 1-2-3 ਰਿਵਰਸ, 5 ਗੇਅਰ ਤੁਹਾਨੂੰ ਇੱਧਰ ਮਿਲ ਜਾਂਦੇ ਆ, ਔਰ ਹਾਈ ਲੋ ਮੀਡੀਅਮ ਦਾ ਸੈਟਅਪ ਤੁਹਾਨੂੰ ਇੱਧਰ ਮਿਲ ਜਾਂਦਾ। ਇੰਡੀਪੈਂਡੈਂਟ PTO ਦਾ ਲੀਵਰ ਮਿਲੂਗਾ ਤੁਹਾਨੂੰ ਸਾਰਾ ਕੁਛ। ਤਾਂ ਇਹ ਸੀ ਆਪਣਾ ਮੇਨ ਜਿਹੜੇ 4 ਟਰੈਕਟਰ ਹੈ, ਜੋਨ ਡੀਅਰ 52-10, ਸਵਰਾਜ 855, ਫਾਰਮ ਟਰੈਕ 60 ਅਤੇ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ। ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ ਤੁਹਾਨੂੰ ਵਲੋਗ। ਅਗਰ ਇਹਦੇ ਮੈਂ ਟੋਰਕ ਦੀ ਗੱਲ ਕਰਾਂ, ਤਾਂ 193 Nm ਦਾ ਟੋਰਕ ਮਿਲ ਜਾਂਦਾ ਤੁਹਾਨੂੰ, ਔਰ ਫਿਊਲ ਟੈਂਕ ਹੈ ਜਿਹੜਾ ਉਹ 60 ਲੀਟਰ ਦਾ ਤੁਹਾਨੂੰ ਫਿਊਲ ਟੈਂਕ ਮਿਲ ਜਾਂਦਾ। ਠੀਕ ਹੈ,
ਇੱਕ ਜਿਹੜੀ ਇਹਦੇ ਵਿੱਚ ਕੰਪਨੀ ਵਾਲਿਆਂ ਨੇ ਛੋਟੀ ਜੀ ਉਹ ਕਰਤੀ, ਇਹਦੇ ਵਿੱਚ ਕਿੱਲੀ ਲੱਗੀ ਆਉਂਦੀ ਸੀ ਇੰਡੀਕੇਟਰਾਂ ਵਾਲੀ, ਉਹ ਦੇਣੀ ਬੰਦ ਕਰਤੀ। ਹੁਣ ਆਹ ਸੈਟਅਪ ਦੇਤਾ, ਆਹ ਸੈਟਅਪ ਮਿਲਦਾ ਤੁਹਾਨੂੰ, ਤਾਂ ਉਹ ਬੜੀ ਵਧੀਆ ਲੱਗਦੀ ਸੀ ਜਿਹੜੀ ਕਿੱਲੀ ਪਹਿਲਾਂ ਆਉਂਦੀ ਸੀ ਇੰਡੀਕੇਟਰਾਂ ਵਾਲੀ। ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਚਾਰੇ ਟਰੈਕਟਰਾਂ ਦਾ ਡਿਟੇਲ ਕੰਪੈਰੀਜ਼ਨ ਤੁਹਾਨੂੰ ਕਿਵੇਂ ਲੱਗਿਆ, ਜਿਹਦੇ ਵਿੱਚ ਆਪਾਂ ਹਰ ਇੱਕ ਟਰੈਕਟਰ ਦਾ ਤੁਹਾਨੂੰ ਟੋਰਕ, ਇੰਜਨ ਸੀਸੀ, ਸਿਲੰਡਰ, ਟਾਇਰ ਸਾਈਜ਼, ਰੇਟ, ਹਰ ਇੱਕ ਟਰੈਕਟਰ ਦਾ ਦੱਸਣ ਦੀ ਕੋਸ਼ਿਸ਼ ਕਰੀ ਆ। ਔਰ ਕਮੈਂਟ ਕਰਿਓ ਤੁਸੀਂ ਕਿਹੜੇ ਕਿਹੜੇ ਟਰੈਕਟਰ ਦਾ ਕੰਪੈਰੀਜ਼ਨ ਦੇਖਣਾ ਚਾਹੁੰਦੇ ਹੋ। ਥੈਂਕ ਯੂ ਫੋਰ ਵਾਚਿੰਗ। ਮਸ਼ੀਨਰੀ ਮਹਿਕਮਾ ਜੁੜੇ ਰਹੋ ਮਸ਼ੀਨਰੀ ਮਹਿਕਮਾ ਨਾਲ। ਥੈਂਕ ਯੂ ਜੀ।